ਜਿੱਥੇ ਬਿਲਕੁਲ ਨੀਡ ਹੈਗੀ ਹੈ ਔਰ ਜਿਹੜੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਉੱਥੇ ਪ੍ਰੋਫਿਟ ਬੇਸਡ ਕੰਮ ਨਹੀਂ ਹੈ ਕਿ ਕੁਆਲੀਫਿਕੇਸ਼ਨ ਹੋ ਜਾਂਦੀ ਹੈ ਫਿਰ ਨੌਕਰੀ ਨਹੀਂ ਮਿਲਦੀ ਹੈਗੀ ਸੋ ਜਿਸ ਸੈਕਟਰ 'ਚ ਪਾਉਂਗੇ ਨਾ ਉੱਥੇ ਬੜੀ ਲੋੜ ਹੋਏਗੀ ਜਿੱਥੇ ਨੀਡ ਹੀ ਹੋਈ ਔਰ ਉਸ ਏਰੀਏ 'ਚ ਫੋਕਸ ਕਰਾਂਗੇ ਜੇ ਬੱਚਿਆਂ ਦੀ ਐਜੂਕੇਸ਼ਨ ਹੋਈ ਜਾਂ ਹਾਈਟੈਕ ਐਜੂਕੇਸ਼ਨ 'ਤੇ ਫੋਕਸ ਕਰਾਂਗੇ ਆਲੂਵਾਲੀਆ ਫਾਊਂਡੇਸ਼ਨ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚੰਗੇ ਕੰਮਾਂ ਦੇ ਲਈ ਜਾਣਿਆ ਜਾਂਦਾ ਹੈ ਜਿੱਥੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੀ ਗੱਲ ਹੋਵੇ ਜਾਂ ਚੈਰਿਟੀ ਦੀ ਗੱਲ ਹੋਵੇ ਤਾਂ ਆਲੂਵਾਲੀਆ ਫਾਊਂਡੇਸ਼ਨ ਨੇ ਅੱਗੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਅੱਜ ਸਾਡੇ ਨਾਲ ਹਾਜ਼ਰ ਨੇ ਸੁਖਪਾਲ ਸਿੰਘ ਆਲੂਵਾਲੀਆ ਜੀ ਜਿਹੜੇ ਕਿ ਇਹਨਾਂ ਦੇ ਫਾਊਂਡਰ ਨੇ ਔਰ ਇਹਨਾਂ ਵੱਲੋਂ ਅੱਜ ਇੰਡੀਆ ਦੇ ਵਿੱਚ ਜਿਹੜਾ 100 ਕਰੋੜ ਰੁਪਏ ਇੱਥੇ ਆ ਕੇ ਇਨਵੈਸਟਮੈਂਟ ਕਰਨ ਦੀ ਗੱਲ ਕਹੀ ਗਈ ਹੈ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ 100 ਕਰੋੜ ਤੁਸੀਂ ਕਿਹਾ ਗਿਆ ਇੱਥੇ ਇਨਵੈਸਟ ਕਰੋਗੇ ਕਿਸ ਤਰੀਕੇ ਦੇ ਨਾਲ ਸਾਰੀ ਇਨਵੈਸਟਮੈਂਟ ਕੀਤੀ ਜਾਏਗੀ ਲੋਕਾਂ ਲਈ ਪਹਿਲਾਂ ਤਾਂ ਜੀ ਪੂਰੀ ਸੋਚ ਸਮਝ ਕੇ ਕਰਾਂਗੇ ਕਿਹੜੇ ਸੈਕਟਰ 'ਚ ਲੋੜ ਹੈ ਜਿੱਦਾਂ ਉਹਨਾਂ ਨੇ ਕੁਐਸਚਨ ਪੁੱਛਿਆ ਸੀ ਅੱਗੇ ਕਿ ਕੁਆਲੀਫਿਕੇਸ਼ਨ ਹੋ ਜਾਂਦੀ ਹੈ ਫਿਰ ਨੌਕਰੀ ਨਹੀਂ ਮਿਲਦੀ ਹੈਗੀ ਸੋ ਜਿਸ ਸੈਕਟਰ 'ਚ ਪਾਉਂਗੇ ਨਾ ਉੱਥੇ ਬੜੀ ਲੋੜ ਹੋਏਗੀ ਜਿੱਥੇ ਨੀਡ ਹੀ ਹੋਈ ਔਰ ਉਸ ਏਰੀਏ 'ਚ ਫੋਕਸ ਕਰਾਂਗੇ ਜੇ ਬੱਚਿਆਂ ਦੀ ਐਜੂਕੇਸ਼ਨ ਹੋਈ ਜਾਂ ਹਾਈਟੈਕ ਐਜੂਕੇਸ਼ਨ 'ਤੇ ਫੋਕਸ ਕਰਾਂਗੇ ਸਰ ਤੁਸੀਂ ਗੱਲ ਕੀਤੀ ਸੀ ਕਿ ਇਹਨਾਂ ਵਿੱਚ ਜਿਹੜਾ ਹੈਗਾ ਇਨਵੋਲਵ ਕੀਤਾ ਜਾਵੇਗਾ ਹੈਲਥ ਸੈਕਟਰ ਵੀ ਹੈਲਥ ਸੈਕਟਰ ਵਿੱਚ ਕਿਸ ਤਰੀਕੇ ਨਾਲ ਕੰਮ ਕਰੋਗੇ ਹੈਲਥ ਸੈਕਟਰ 'ਚ ਜਿੱਦਾਂ ਕੋਈ ਸਪੈਸੀਫਿਕ ਬਿਮਾਰੀਆਂ ਹੈਗੀਆਂ ਜਿੱਥੇ ਗਰੀਬ ਆਦਮੀਆਂ ਨੂੰ ਨਹੀਂ ਅਫੋਰਡ ਹੁੰਦੀ ਜਾਂ ਰੀਚ ਨਹੀਂ ਹੈਗੀ ਹੈ ਸੋ ਉਸ ਏਰੀਏ ਨੂੰ ਵੀ ਅਸੀਂ ਦੇਖਾਂਗੇ ਕਿਸ ਤਰੀਕੇ ਨਾਲ ਅਸੀਂ ਸਾਡੀ ਰਿਸੋਰਸਿਸ ਲਗਾ ਸਕਦੇ ਹਾਂ ਉਹਨਾਂ ਨੂੰ ਟੂ ਹੈਲਪ ਪੰਜਾਬ ਦੀ ਧਰਤੀ ਦੇ ਨਾਲ ਜਿਹੜਾ ਇੰਨਾ ਮਨ ਦੇ ਵਿੱਚ ਮੋਹ ਪਿਆਰ ਹੈਗਾ ਕੀ ਬੈਕਗਰਾਊਂਡ ਹੈ ਤੁਹਾਡੀ ਅਤੇ ਕਦੋਂ ਮਨ ਦੇ ਵਿੱਚ ਆਇਆ ਕਿ ਜਿਹੜੀ ਸਾਰੀ ਇੰਨਾ ਪੈਸਾ ਜਿਹੜਾ ਕਮਾ ਲਿਆ ਗਿਆ ਹੁਣ ਇਹਨੂੰ ਇਨਵੈਸਟ ਕੀਤਾ ਜਾਵੇ ਪੰਜਾਬ ਦੇ ਲੋਕਾਂ ਲਈ ਸੀ ਨਾ ਮੇਰੇ ਪਿਤਾ ਜੀ ਅਤੇ ਮਾਤਾ ਜੀ ਨਾਲ ਇੱਥੇ ਪੰਜਾਬ 'ਚ ਆਉਂਦਾ ਹੁੰਦਾ ਸੀ ਕਿਉਂਕਿ ਸਾਡੇ ਪਿਤਾ ਜੀ ਲੁਧਿਆਣੇ ਦੇ ਆ ਮਾਤਾ ਜੀ ਕਪੂਰਥਲਾ ਤੋਂ ਅੱਗੇ ਜਾ ਕੇ ਉਹਨਾਂ ਦਾ ਪਿੰਡ ਹੈ ਅਤੇ ਬੜਾ ਇੱਥੇ ਇੱਕ ਟਾਈਮ 'ਚ ਪਿਆਰ ਜਿਹਾ ਹੋ ਗਿਆ ਸੀਗਾ ਅਤੇ ਹੁਣ ਏਜ ਹੋ ਗਈ ਹੈ ਇੱਕ ਰਿਟਾਇਰਮੈਂਟ ਦੀ ਅਤੇ ਮੈਂ ਸੋਚ ਰਿਹਾ ਕਿ ਕੀ ਪਤਾ ਸ਼ਾਇਦ ਇੱਥੇ ਜ਼ਿਆਦਾ ਟਾਈਮ ਸਪੈਂਡ ਕਰੀਏ ਇੱਥੇ ਘਰ ਬਣਾਈਏ ਇੱਥੇ ਰਹਿਣਾ ਸ਼ੁਰੂ ਕਰੀਏ ਔਰ ਅੱਛੇ ਅੱਛੇ ਕੰਮ ਕਰੀਏ ਬਸ ਕਿ ਬੜੀ ਪੈਸਾ ਕਮਾ ਲਿਆ ਹੁਣ ਸਰ ਇੱਕ ਮੇਨ ਸਵਾਲ ਜਿਹੜਾ ਹੈਗਾ ਕੀ ਜਿਹੜਾ ਸਾਰਾ ਪੈਸਾ ਹੈਗਾ ਗੌਰਮੈਂਟ ਸੈਕਟਰ ਦੇ ਵਿੱਚ ਇਨਵੈਸਟ ਕੀਤਾ ਜਾਏਗਾ ਜਾਂ ਪ੍ਰਾਈਵੇਟ ਸੈਕਟਰ ਨੂੰ ਜਿਹੜੀ ਤੁਸੀਂ ਜ਼ਿਆਦਾ ਤਵੱਜੋ ਦਿਓਗੇ ਉਹ ਕੀਤਾ ਜਾਏਗਾ ਜਿੱਥੇ ਬਿਲਕੁਲ ਨੀਡ ਹੈਗੀ ਹੈ ਔਰ ਮੈਂ ਜਿਹੜੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਉੱਥੇ ਪ੍ਰੋਫਿਟ ਬੇਸਡ ਕੰਮ ਨਹੀਂ ਹੈ ਜਿੱਥੇ ਨੀਡ ਹੈਗੀ ਹੈ ਉੱਥੇ ਰਿਸੋਰਸਿਸ ਨੂੰ ਡਿਪਲੋਏ ਕੀਤਾ ਜਾਏਗਾ ਸੋ ਇਹ ਸਨ ਆਲੂਵਾਲੀਆ ਫਾਊਂਡੇਸ਼ਨ ਦੇ ਜਿਹੜੇ ਚੇਅਰਮੈਨ ਨੇ ਇਹਨਾਂ ਨੇ ਸਾਫ਼ ਤੌਰ 'ਤੇ ਇਹ ਗੱਲ ਕਹੀ ਹੈ ਕਿ ਜਿਹੜਾ 100 ਕਰੋੜ ਰੁਪਈਆ ਖਰਚਿਆ ਜਾਣਾ ਉਹ ਹੈਲਥ ਸੈਕਟਰ ਔਰ ਐਜੂਕੇਸ਼ਨ ਸੈਕਟਰ ਦੇ ਵਿੱਚ ਖਰਚਿਆ ਜਾਵੇਗਾ ਨਾ ਸਿਰਫ ਇਹ ਜਿਹੜਾ ਹੈਗਾ ਗੌਰਮੈਂਟ ਸੈਕਟਰ ਇਸ ਨੂੰ ਇੰਕਲੂਡ ਕਰੇਗਾ ਸਗੋਂ ਇਹ ਜਿਹੜਾ ਸੈਕਟਰ ਹੈ ਪ੍ਰਾਈਵੇਟ ਵੀ ਹੋ ਸਕਦਾ ਹੈ ਪਰ ਸ਼ਰਤ ਇਹ ਰਹੇਗੀ ਕਿ ਵਾਕਈ ਉੱਥੇ ਜਿਹੜੇ ਲੋਕ ਨੇ ਨੀਡੀ ਹੋਣ ਔਰ ਖਾਸ ਤੌਰ 'ਤੇ ਉਹਨਾਂ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੋਵੇ ਉੱਥੇ ਇਹ ਸਾਰਾ ਪੈਸਾ ਖਰਚਿਆ ਜਾਏਗਾ ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਵਿਰਕ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਚੰਡੀਗੜ੍ਹ